ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਤੁਹਾਡਾ ਆਪਣਾ ਪ੍ਰੀਤ ਹਰਪਾਲ। ਨਿਊਜ਼ ਟੀਵੀ 11.com ਨੂੰ ਤੁਸੀਂ ਸਬਸਕ੍ਰਾਈਬ ਕਰੋ। ਗੁਰਦਾਸਪੁਰ ਜੇਲ੍ਹ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਹੀ ਮਹਿਲਾ ਕੈਦੀ ਮਨਿੰਦਰ ਕੌਰ ਪਤਨੀ ਓਂਕਾਰ ਸਿੰਘ ਨੇ ਜੇਲ੍ਹ ਦੇ ਵਿੱਚ ਦੁਪੱਟੇ ਦੇ ਨਾਲ ਬਾਥਰੂਮ ਵਿੱਚ ਫੰਦਾ ਲਗਾ ਕੇ ਆਤਮ ਹੱਤਿਆ ਕਰਨ ਦੀ ਕੀਤੀ ਕੋਸ਼ਿਸ਼। ਮਹਿਲਾ ਕੈਦੀ ਨੂੰ ਇਲਾਜ ਦੇ ਲਈ ਲਿਆਇਆ ਗਿਆ ਸੀ ਗੁਰਦਾਸਪੁਰ ਦੇ ਸਰਕਾਰੀ ਹਸਪਤਾਲ। ਪਿਛਲੇ 4 ਸਾਲਾਂ ਤੋਂ ਜੇਲ੍ਹ ਵਿੱਚ ਬੰਦ ਹੈ ਮਹਿਲਾ ਕੈਦੀ। ਗੁਰਦਾਸਪੁਰ ਜੇਲ੍ਹ ਵਿੱਚ ਬੰਦ ਮਹਿਲਾ ਕੈਦੀ ਮਨਿੰਦਰ ਕੌਰ, ਜਿਸ ਦਾ ਪਤੀ ਫੌਜ ਵਿੱਚ ਨੌਕਰੀ ਕਰਦਾ ਸੀ, ਇਸ ਮਹਿਲਾ ਨੇ ਆਪਣੇ ਸਾਥੀ ਦੇ ਨਾਲ ਮਿਲ ਕੇ ਆਪਣੇ ਪ੍ਰੇਮ ਸੰਬੰਧ ਬਣਾਈ ਰੱਖਣ ਲਈ ਸਹੁਰੇ ਦਾ ਆਪਣੇ ਅੱਜ ਤੋਂ 4 ਸਾਲ ਪਹਿਲਾਂ ਕਤਲ ਕਰ ਦਿੱਤਾ ਸੀ, ਜਿਸ ਦੇ ਚੱਲਦੇ ਇਸ ਨੂੰ 20 ਸਾਲ ਦੀ ਕੋਰਟ ਨੇ ਸਜ਼ਾ ਸੁਣਾਈ ਸੀ, ਜਦਕਿ ਕੋਰਟ ਨੇ ਇਸ ਦੇ ਪ੍ਰੇਮੀ ਨੂੰ ਬਰੀ ਕਰ ਦਿੱਤਾ ਸੀ। ਹਾਂਜੀ, ਸਾਡੇ ਕੋਲ ਪ੍ਰਿਜ਼ਨਰ ਇੱਕ ਆਈ ਹੈ, ਇਹ ਸੂਸਾਈਡਲ ਅਟੈਂਪਟ ਕੀਤਾ ਨੇ, ਸੈਂਟਰਲ ਜੇਲ੍ਹ ਦੀ ਹੈਗੀ ਹੈ, ਸੂਸਾਈਡਲ ਅਟੈਂਪਟ ਨਾਲ ਆਈ ਹੈ, ਬਟ ਪੇਸ਼ੈਂਟ ਹੁਣ ਸਟੇਬਲ ਹੈ, ਉਹਨੂੰ ਆਪਾਂ ਸਟੇਬਲ ਕੀਤਾ ਆ, ਅੰਡਰ ਓਬਜ਼ਰਵੇਸ਼ਨ ਰੱਖਿਆ ਹੋਇਆ। ਡਿਪਰੈਸਡ ਮੂਡ ਹੈਗਾ ਉਹਦਾ, ਮੂਡ ਸਵਿੰਗਸ ਵੀ ਹੈਗੇ ਆ, ਡਿਪਰੈਸ਼ਨ 'ਚ ਹੈਗੀ ਹੈ। ਸੂਸਾਈਡ ਨੇ ਜੇਲ੍ਹ ਦੇ ਵਿੱਚ ਹੀ ਸੂਸਾਈਡ ਅਟੈਂਪਟ ਕਰਨ ਦੀ ਕੋਸ਼ਿਸ਼ ਕੀਤੀ ਹੈ, ਜੋ ਸਾਨੂੰ ਹਿਸਟਰੀ ਮਿਲੀ ਹੈ ਕਿ ਇਹਨੇ ਹੈਂਗਿੰਗ ਕਰਨ ਦੀ ਕੋਸ਼ਿਸ਼ ਕੀਤੀ ਹੈ ਆਪਣੇ ਆਪ ਕੀ ਗਲੇ ਦੇ ਵਿੱਚ ਪਾ ਕੇ ਕੁਛ ਉਹਦੇ ਨਾਲ, ਅਤੇ ਬਾਕੀ ਹਜੇ ਪੇਸ਼ੈਂਟ ਸਟੇਬਲ ਹੈਗਾ, ਅੰਡਰ ਓਬਜ਼ਰਵੇਸ਼ਨ 'ਚ ਹੈਗਾ ਆ, ਬਾਕੀ ਵਿਦਇਨ 24 ਆਵਰਸ ਨੂੰ ਆਪਾਂ ਓਬਜ਼ਰਵ ਕਰਾਂਗੇ, ਦੁਬਾਰਾ ਵੀ ਸੂਸਾਈਡਲ ਅਟੈਂਪਟਸ ਜਿਹੜੇ ਹੁੰਦੇ ਆ ਡਿਪਰੈਸ਼ਨ ਦੇ ਵਿੱਚ ਹੋ ਸਕਦਾ, ਅਤੇ ਫਿਲਹਾਲ ਅੰਡਰ ਟ੍ਰੀਟਮੈਂਟ ਹੈ, ਸਾਡੇ ਸਕੈਟਰਿਸਟ ਦੇਖ ਗਏ ਨੇ, ਸਾਡੇ ਮੈਡੀਕਲ ਓਪੀਨੀਅਨ ਜਿਹੜੀ ਇਹਦੀ ਹੋ ਗਈ ਹੈ, ਅਤੇ ਫਿਲਹਾਲ ਐਡਮਿਟ ਹੈ, ਫਿਲਹਾਲ ਸਟੇਬਲ ਹੈ। ਇਹਨੂੰ ਫੋਨ 'ਤੇ ਕੋਈ ਪਤਾ ਨਹੀਂ, ਇਹਦੇ ਘਰ ਦੇ 'ਚ ਕੋਈ ਪ੍ਰੋਬਲਮ ਹੋਣੀ ਆ, ਪਰੇਸ਼ਾਨ ਸੀਗੀ, ਪਰੇਸ਼ਾਨੀ ਦੀ ਵਜ੍ਹਾ ਕਰਕੇ ਇਹਨੇ ਮਤਲਬ ਬਾਥਰੂਮ 'ਚ ਜਾ ਕੇ ਫਾਹ ਲੈਣ ਦੀ ਕੋਸ਼ਿਸ਼ ਕੀਤੀ, ਅਤੇ ਅਸੀਂ ਇਹਨੂੰ ਮੁੜ ਕੇ ਹਸਪਤਾਲ ਲੈ ਆਉਂਦਾ। ਇਹਨੂੰ 20 ਸਾਲ ਸਜ਼ਾ ਹੋਈ ਆ, ਇਹਦੇ ਸਹੁਰੇ ਦੀ ਡੈਥ ਹੋ ਗਈ ਸੀਗੀ, ਉਹ ਇੱਥੇ ਐਲੀਗੇਸ਼ਨ ਲੱਗਾ ਸੀ। ਇਹਦਾ ਮਨਿੰਦਰ ਕੌਰ, ਵਾਈਫ ਓਂਕਾਰ ਸਿੰਘ। ਅੱਜ ਤਾਂ ਫੋਨ 'ਤੇ ਬਸ ਰੋਣ ਡਈ ਸੀਗੀ, ਰੋਂਦੀ ਰੋਂਦੀ ਅੰਦਰ ਨੂੰ ਭੱਜ ਕੇ ਜਾ ਕੇ ਇਹਨੇ ਬਾਥਰੂਮ ਦੇ ਵਿੱਚ ਚੁੰਨੀ ਪਾਈ ਗੱਲ 'ਚ, ਉਸ ਵੇਲੇ ਮੈਡਮ ਸੀ ਜਿਹੜੀ ਡਿਊਟੀ 'ਤੇ, ਉਹਨੇ ਦੇਖਿਆ ਅਤੇ ਕਾਲ ਕੀਤੀ, ਡਾਕਟਰ ਸਾਹਿਬ ਨੇ ਇਹਨੂੰ ਹਸਪਤਾਲ ਭੇਜ ਦਿੱਤਾ, ਫਾਹ ਲੈਣ ਦੀ ਕੋਸ਼ਿਸ਼ ਕੀਤੀ। ਪਤਾ ਨਹੀਂ ਇਹਨੂੰ ਘਰ 'ਚ ਕੋਈ ਪਰੇਸ਼ਾਨੀ ਸੀਗੀ, ਫੋਨ 'ਤੇ ਰੋਣ ਡਈ ਸੀਗੀ ਫੋਨ ਕਰਦੀ। ਹਾਂਜੀ, ਹੁਣ ਠੀਕ ਹੈ।